ਪਠਾਨਕੋਟ ਵਿੱਚ ਇਨੋਵਾ ਚਾਲਕ ਵੱਲੋਂ ਪੈਦਲ ਜਾ ਰਹੇ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਗਈ। ਹਾਦਸੇ ਵਿੱਚ ਰਾਹਗੀਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਨੂੰ ਲੋਕਾਂ ਵੱਲੋਂ ਚੁੱਕ ਕੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਜ਼ਖਮੀ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉੱਥੇ ਹੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪੁੱਜੀ ਪੁਲਿਸ ਵੱਲੋਂ ਇਨੋਵਾ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਈਆ ਓਵਰ ਸਪੀਡਿੰਗ ਤੇ ਆਇਆ ਬੜੀ ਤੇਜ਼, ਪਹਿਲੇ ਇਹਨੇ ਮੈਨੂੰ ਚੁੱਕਣਾ ਸੀ, ਫਿਰ ਇਹਨੇ ਪਹਿਲੇ ਬੰਦਾ ਚੁੱਕਿਆ, ਫਿਰ ਇਹਨੇ ਮੈਨੂੰ ਚੁੱਕਣਾ ਸੀ, ਫਿਰ ਅੱਗੇ ਦੋ ਤਿੰਨ ਬੰਦਿਆਂ ਨੂੰ ਹੋਰ ਚੁੱਕਣਾ ਸੀ ਇਹਨੇ। ਐਕਸੀਡੈਂਟ ਮੌਕੇ ਸਿਰ ਆਪਾਂ ਆ ਗਏ ਹਾਂ, ਖੜੋ ਗਏ ਨਾ ਲਾਗੇ, ਉਹ ਬੰਦੇ ਨੂੰ ਹੁਣ ਅਸੀਂ ਹੋਸਪਿਟਲ ਪਹੁੰਚਾ ਦਿੱਤਾ। ਅਸੀਂ ਅੰਦਰ ਬੈਠੇ ਕੰਮ ਕਰਨ ਡੇ ਸੀ ਆਪਣਾ, ਤੇ ਅਸੀਂ ਦੇਖਿਆ ਕਿ ਪਿੱਛੋਂ ਬੜੀ ਜ਼ੋਰ ਦੀ ਆਵਾਜ਼ ਆਈ, ਕਿ ਪਿੱਛੋਂ ਕੋਈ ਗੱਡੀ ਬੜੀ ਤੇਜ਼ ਆਉਣ ਡੀ ਹੈ। ਜਦੋਂ ਅਸੀਂ ਬਾਅਦ ਆ ਕੇ ਦੇਖਿਆ ਤੇ ਅੱਗੇ ਜਾ ਕੇ ਸਾਡੇ ਸਾਹਮਣੇ ਪੜੋਸੀ ਹੈ ਗਣੇਸ਼ ਮੋਟਰਸਾਈਕਲ ਵਾਲੇ, ਉਹਨਾਂ ਨੂੰ ਗੱਡੀ ਨੇ ਪੂਰਾ ਮਤਲਬ ਚੁੱਕ ਕੇ ਥੱਲੇ ਸੁੱਟ ਦਿੱਤਾ, ਉਹ ਬੇਹੋਸ਼ ਹੋ ਗਏ ਦੇ ਆ, ਉਹ ਬੜੇ ਅਦਮ ਤੇਜ਼ ਉਹਨਾਂ ਨੂੰ ਸਿਵਲ ਹਸਪਤਾਲ ਲੈ ਗਏ ਆ। ਪਰ ਗੱਡੀ ਬਹੁਤ ਸਪੀਡ 'ਤੇ ਸੀਗੀ, ਜਿੰਨੀ ਆ ਕੇ ਦੀ ਬਹੁਤ ਜ਼ੋਰ ਦੀ ਸਾਨੂੰ ਆਵਾਜ਼ ਆਈ, ਸਾਨੂੰ ਲੱਗਾ ਪਤਾ ਨਹੀਂ ਕੀ ਹੋ ਗਿਆ, ਅਤੇ ਇਹਦੇ ਕੋਲ ਬ੍ਰੇਕ ਨਹੀਂ ਵੱਜੀ, ਹੈ ਵੀ ਰੋਂਗ ਸਾਈਡ 'ਤੇ ਸੀਗਾ, ਤੁਸੀਂ ਸ਼ੀਸ਼ਾ ਦੇਖ ਸਕਦੇ ਹੋ, ਸ਼ੀਸ਼ਾ ਵੀ ਟੁੱਟ ਗਿਆ ਤਾ ਗੱਡੀ ਦਾ, ਉਹ ਤੋਂ ਬੰਦਾ ਮੰਨਣ ਵੀ ਨਹੀਂ ਡਿਆ ਕਿ ਅਸੀਂ ਓਵਰ ਸਪੀਡ 'ਤੇ ਹੈਗੇ ਹਾਂ। ਗੱਲ ਜੀ ਇਸ ਤਰ੍ਹਾਂ ਦੀ, ਅਸੀਂ PCR 12 ਤੇ ਮੇਰੀ ਡਿਊਟੀ ਆ, ਅਸੀਂ ਇੱਥੋਂ ਲੰਘ ਰਹੇ ਸੀਗੇ, ਇੱਕ ਇਨੋਵਾ ਗੱਡੀ ਦਾ ਅਤੇ ਇੱਕ ਪੈਦਲ ਸੀਗਾ ਬੰਦਾ, ਉਹਦਾ ਐਕਸੀਡੈਂਟ ਹੋਇਆ ਵਾ, ਜਿਹਨੂੰ ਕਿ ਸੱਟ ਲੱਗੀ ਆ, ਉਹਦਾ ਨਾਂ ਗਣੇਸ਼ ਸਿੰਘ ਆ, ਜਿਹਨੂੰ ਸਿਵਲ ਹੋਸਪਿਟਲ ਐਡਮਿਟ ਕਰਵਾ ਦਿੱਤਾ, ਜਿਹੜੀ ਗੱਡੀ ਆ ਉਹ ਅਸੀਂ ਰੱਖ ਲਈ ਆਪਣੇ ਕੋਲ। ਸਥਾਨਕ ਲੋਕਾਂ ਨੇ ਦੱਸਿਆ ਕਿ ਇਨੋਵਾ ਚਾਲਕ ਵੱਲੋਂ ਤੇਜ਼ ਰਫ਼ਤਾਰ ਨਾਲ ਗੱਡੀ ਚਲਾਈ ਜਾ ਰਹੀ ਸੀ ਅਤੇ ਅਣਗਹਿਲੀ ਕਾਰਨ ਹਾਦਸਾ ਵਾਪਰਿਆ। ਲੋਕਾਂ ਨੇ ਇਹ ਵੀ ਦੱਸਿਆ ਕਿ ਇਨੋਵਾ ਚਾਲਕ ਗਲਤ ਦਿਸ਼ਾ ਵਿੱਚ ਚੱਲ ਰਿਹਾ ਸੀ। ਉੱਥੇ ਹੀ ਜਾਂਚ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਵਰਦੀ ਕਾਰਵਾਈ ਕੀਤੀ ਜਾਵੇਗੀ। ਬਿਊਰੋ ਰਿਪੋਰਟ, ਜਗਬਾਣੀ ਟੀਵੀ।